ਸੋ ਸਾਡਾ ਮੰਤਰੀ ਚੇਤਨ ਸਿੰਘ ਜੌੜਾ ਮਾਜਰਾ ਸਾਹਿਬ ਮੌਜੂਦ ਨੇ, ਜ਼ਰੂਰ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਇਆ ਕਿਉਂਕਿ ਅੱਜ ਕਹਿ ਸਕਦੇ ਕਿ ਜਿਹੜਾ ਵਿਧਾਨ ਸਭਾ ਦਾ ਸੈਸ਼ਨ ਸੀਗਾ ਉਹ 'ਚ ਕਾਫੀ ਤਲਖੀ ਵੀ ਦੇਖਣ ਮਿਲੀ। ਜੌੜਾ ਮਾਜਰਾ ਸਾਹਿਬ, ਸਭ ਤੋਂ ਪਹਿਲੇ ਸ਼ੁਰੂਆਤ ਸੈਸ਼ਨ ਦੀ ਹੋਈ, ਸ਼ੁਰੂਆਤ ਤਲਖੀ ਦੇ ਨਾਲ ਹੋਈ। ਮੁੱਖ ਮੰਤਰੀ ਭਗਵੰਤ ਮਾਨ, ਪ੍ਰਤਾਪ ਸਿੰਘ ਬਾਜਵਾ, ਸੀ ਐਲ ਪੀ ਲੀਡਰ ਆਮੋ ਸਾਹਿਬ ਨੇ ਹੋ ਗਏ, ਗੱਲ ਤਾਲੇ ਨੂੰ ਲੈ ਕੇ ਛਿੜ ਪਈ। ਦੇਖੋ, ਤਾਲੇ ਦਾ ਮੇਨ ਮਕਸਦ ਇਹ ਸੀ ਕਿਉਂਕਿ ਸੈਸ਼ਨ ਹੈ ਜਿਹੜਾ ਉਹ ਹੁੰਦਾ ਮੁੱਦਿਆਂ ਦੇ ਗੱਲ ਕਰਨ ਦਾ। ਸੋ ਇੱਥੇ 15 ਤਰੀਕ ਤੋਂ ਜਦੋਂ ਸੈਸ਼ਨ ਸ਼ੁਰੂ ਹੁੰਦਾ ਸੀ, ਪਹਿਲਾਂ ਤਾਂ ਇਹ ਕਹਿੰਦੇ ਸੀ ਸੈਸ਼ਨ ਬਹੁਤ ਛੋਟਾ, ਸੈਸ਼ਨ ਲੰਬਾ ਕਰੋ, ਸੈਸ਼ਨ ਲੰਬਾ ਕਰੋ। ਜੇ ਸੈਸ਼ਨ ਹੁਣ ਲੰਬਾ ਕਰਤਾ 1 ਤੋਂ 15 ਤਰੀਕ ਤੱਕ ਕਰਤਾ, ਤਾਂ ਹੁਣ ਇਹ ਬੋਲਣਾ ਨਹੀਂ ਚਾਹੁੰਦੇ, ਇਹ ਹੁਣ ਆਪਦੀ ਚਮੜੀ ਬਚਾਉਂਦੇ ਫਿਰਦੇ ਨੇ ਕਿ ਜੇ ਅਸੀਂ ਅੰਦਰ ਬੈਠਾਂਗੇ ਤਾਂ ਕਹਾਂਗੇ ਕੀ, ਕਿਉਂਕਿ ਕਹਿਣ ਨੂੰ ਮੁੱਦਾ ਕੋਈ ਨਹੀਂ ਹੈ। ਕੋਈ ਇਹ ਨਹੀਂ ਕਹਿ ਸਕਦੇ ਵੀ ਆਹ ਕੰਮ ਨਹੀਂ ਹੋਇਆ, ਉਹ ਕੰਮ ਨਹੀਂ ਹੋਇਆ। ਤੁਸੀਂ, ਮੈਂ ਤੁਹਾਡੇ ਤੋਂ ਹੀ ਪੁੱਛਣਾ ਚਾਹੁੰਦਾ, ਇੰਨੇ ਲੰਬੇ ਸਮੇਂ ਦੇ ਵਿੱਚ ਕੋਈ ਸਰਕਾਰ ਇਹੋ ਜਿਹੀ ਹੈਗੀ ਆ ਜਿਹਨੇ 40,000 ਤੋਂ ਉੱਤੇ ਨੌਕਰੀਆਂ ਦਿੱਤੀਆਂ ਹੋਣ? ਕਿਸੇ ਸਰਕਾਰ ਨੇ ਇੰਨੇ ਆਮ ਆਦਮੀ ਕਲੀਨਿਕ ਖੋਲ੍ਹੇ ਹੋਣ? ਕਿਸੇ ਨੇ ਸਕੂਲ, ਚੰਗੇ ਸਕੂਲ ਬਣਾਉਣ ਦੀ ਗੱਲ ਕਰੀ ਹੋਵੇ? ਜਿਹਨੇ 15,000 ਲੰਬੇ ਕਿਲੋਮੀਟਰ ਖਾਲੇ ਨਾਲੇ ਨਹਿਰਾਂ ਬਣਾਤੀਆਂ ਹੋਣ? ਕੋਈ ਸਰਕਾਰ ਅੱਜ ਤੱਕ ਹੈ ਤੁਹਾਡੇ, ਤੁਸੀਂ ਲੰਬਾ ਸਮਾਂ ਹੋ ਗਿਆ ਤੁਹਾਨੂੰ ਮੀਡੀਆ ਖੇਤਰ 'ਚ, ਕੋਈ ਮਿਲੀ ਇਹੋ ਜਿਹੀ ਸਰਕਾਰ? ਹੋਰ ਸਾਤੋਂ ਕੀ ਬਾਂਸ ਭਾਲਦੇ ਨੇ ਇਹ ਕਾਂਗਰਸ ਜਿਹੜੇ ਹੈਗੇ ਆ ਬਾਜਵਾ। ਪਰ ਜਨਮ ਮੰਤਰੀ ਸਾਹਿਬ, ਸਵਾਲ ਇੱਥੇ ਇਹ ਵੀ ਖੜਾ ਹੋ ਜਾਂਦਾ ਕਿਉਂਕਿ ਤਾਲਿਆਂ, ਦੋ ਤਾਲਿਆਂ ਦਾ ਜ਼ਿਕਰ ਹੋਇਆ। ਇੱਕ ਤਾਲਾ ਉਹ ਜਿਹੜਾ ਵਿਧਾਨ ਸਭਾ ਦੇ ਕਹਿੰਦੇ ਕਿ ਉਸ ਦਰਵਾਜ਼ੇ 'ਤੇ ਲਾ ਦਿਉ ਜਿੱਥੋਂ ਆਪੋਜੀਸ਼ਨ ਬਾਹਰ ਜਾਂਦੀ ਹੈ। ਦੂਜਾ ਤਾਲਾ ਉਹ ਜਿਹੜਾ ਕਿਹਾ ਗਿਆ ਕਿ ਪ੍ਰਤਾਪ ਸਿੰਘ ਬਾਜਵਾ ਇਹਨਾਂ ਦੇ ਮੂੰਹ 'ਤੇ ਲਾ ਦਿੱਤਾ ਜਾਵੇ, ਜੋ ਕਿ ਮੁੱਖ ਮੰਤਰੀ ਸਾਹਿਬ ਨੇ ਕਿਹਾ। ਦੇਖੋ ਜੀ, ਮੈਂ ਵੈਸੇ ਤਾਂ ਨਾ ਜੀ, ਸਹੀ ਮਾਇਨੇ 'ਚ ਜਿਹੜਾ ਵਿਧਾਨ ਸਭਾ ਦੇ ਅੰਦਰ ਹੈ ਜੀ, ਉੱਥੇ ਕਿਤੇ ਨਾ ਕਿਤੇ ਆਪੋਜੀਸ਼ਨ, ਕਾਂਗਰਸ ਦੇ ਜਿਹੜੇ ਆਗੂ ਸਾਹਿਬਾਨ ਨੇ, ਉਹਨਾਂ ਦੀ ਗਰਾਵਟ ਦੇਖੀ ਗਈ ਹੈ। ਭਾਸ਼ਾ ਦੇ ਵਿੱਚ ਬਹੁਤ ਸ਼ਬਦਾਵਲੀ ਹੈ ਜਿਹੜੀ ਨਾਪ ਤੋਲ ਕੇ ਨਹੀਂ ਉਹਨਾਂ ਨੇ ਬੋਲੀ ਹੈ। ਤੂੰ ਤੂੰ ਤੂੰ, ਇੱਕ ਰਿਸਪੈਕਟ ਹੁੰਦੀ ਹੈ। ਇੱਕ ਜਿਵੇਂ ਸਾਡੇ ਮੁੱਖ ਮੰਤਰੀ ਸਾਹਿਬ ਨੇ, ਉਹਨਾਂ ਸਾਡੇ ਪੰਜਾਬ ਦੇ ਹੈੱਡ ਨੇ, ਉਹ ਸਾਡੇ ਸਪੀਕਰ ਸਾਹਿਬ ਨੇ, ਉਹ ਸਾਡੇ ਸਾਰਿਆਂ ਦੇ ਨੇ। ਉਹ ਉਹਨਾਂ ਨੂੰ ਘੱਟੋ ਘੱਟ ਅਦਬ ਨਾਲ ਬੋਲਣਾ, ਸਾਡੀ ਤਹਿਜੀਬ ਨਾਲ ਬੋਲਣਾ ਸਾਡਾ ਫਰਜ਼ ਬਣਦਾ ਹੈ। ਜੇ ਤੁਸੀਂ ਤੂੰ ਅੰਨਾ ਬੋਲਾ, ਇਹ ਮੈਨੂੰ ਲੱਗਦਾ ਕਿਤੇ ਨਾ ਕਿਤੇ ਉਹ ਰਾਜਨੀਤੀ ਜਿਹੜੀ ਹੋਣੀ ਚਾਹੀਦੀ ਆ ਉਹ 'ਚ ਬਹੁਤ ਵੱਡੀ ਗਿਰਾਵਟ ਹੈ। ਸੋ ਆਉਣ ਵਾਲੇ ਸਮੇਂ ਦੇ ਵਿੱਚ ਇਹ ਇਹਨਾਂ ਨੂੰ ਭੁਗਤਣਾ ਪੈਣਾ ਹੈ। ਇਹਨਾਂ ਦੀ ਜਿਹੜੀ ਬੋਲਬਾਣੀ ਆ ਉਹ ਇਹਨਾਂ ਦਾ ਨੁਕਸਾਨ ਹੋਣਾ ਹੀ ਹੋਣਾ ਹਰ ਹਾਲ 'ਚ, ਕਿਉਂਕਿ ਕਾਂਗਰਸ ਪਾਰਟੀ ਜਿਹੜੀ 150 ਸਾਲ ਦੇ ਕਰੀਬ ਪੁਰਾਣੀ ਪਾਰਟੀ ਹੈ, ਜਦੋਂ ਉਹ ਦੋ ਡਿਸਟ ਦੇ ਵਿੱਚ ਰਹਿ ਜਾਂਦੀ ਹੈ ਤਾਂ ਅਸੀਂ ਆਪ ਹੀ ਹਿਸਾਬ ਲਾ ਲਈਏ ਵੀ ਕਾਂਗਰਸ ਖੜੀ ਕਿੱਥੇ ਹੈ। ਉਹਨਾਂ ਨੂੰ ਹੱਥ ਪੈਰ ਬੰਨਣੇ ਪੈ ਰਹੇ ਨੇ ਕਿ ਸਾਡੇ ਨਾਲ ਸਮਝੌਤਾ ਕਰ ਲਓ, ਸਾਡੇ ਨਾਲ ਸਮਝੌਤਾ ਕਰ ਲਓ, ਅਰ ਕਹਾਣੀ ਖਤਮ। ਦਿੱਲੀ 'ਚ ਕੁਛ ਨਹੀਂ ਹੈ। ਆ ਤੁਸੀਂ ਦੇਖਿਆ ਹਿਮਾਚਲ ਦੇ ਵਿੱਚ ਬੀਜੇਪੀ ਖਰੀਦਣ ਨੂੰ ਲੱਗੀ ਹੋਈ ਆ, ਕਾਂਗਰਸੀ ਵੇਚਣ 'ਤੇ ਲੱਗੇ ਹੋਏ ਨੇ ਵੀ ਸਾਡੇ MLA ਵਿਕਦੇ ਨੇ, ਕਿੰਨੇ ਖਰੀਦਣੇ ਤੁਸੀਂ, ਵੇਚ ਰਹੇ ਨੇ। ਪਰ ਦਿੱਲੀ ਦੇ ਵਿੱਚ ਵੀ ਕਿਤੇ ਨਾ ਕਿਤੇ ਗੱਠਜੋੜ ਹੋਣ ਦਾ ਜਿਹੜਾ ਸੀਟ ਡਿਵੀਜ਼ਨ ਵੀ ਹੋ ਗਈ, ਹਰਿਆਣਾ ਦੇ ਵਿੱਚ ਵੀ ਸੀਟ ਡਿਵੀਜ਼ਨ ਹੋ ਗਈ ਇੰਡੀਆ ਗੱਠਜੋੜ ਦੀ, ਚੰਡੀਗੜ੍ਹ ਦੇ ਵਿੱਚ ਵੀ ਮੇਅਰ ਇੰਡੀਆ ਗੱਠਜੋੜ ਦੇ ਹਿਸਾਬ ਨਾਲ ਆਮ ਆਦਮੀ ਪਾਰਟੀ ਦਾ ਬਣ ਗਿਆ। ਔਰ ਇਹ ਧੂੜ 'ਚ ਕਰ ਦਾਂਗੇ, ਬਾਕੀ ਜੋ ਮਰਜ਼ੀ ਆ, ਬਾਕੀ ਦਾ ਤਾਂ ਮੈਨੂੰ ਪਤਾ ਨਹੀਂ, ਪੰਜਾਬ 'ਚ ਧੂੜ ਚਟਾ ਦਾਂ। ਜਿਸ ਤਰੀਕੇ ਨਾਲ ਸੁਖਵਿੰਦਰ ਕੋਟਲੀ ਦਾ ਬਿਆਨ ਸਾਹਮਣੇ ਆਇਆ, ਉਸ ਨੂੰ ਕਿੱਦਾਂ ਦੇਖਿਆ ਜਾਵੇ ਕਿਉਂਕਿ ਭਾਵੁਕ ਨਜ਼ਰ ਆਏ, ਸੁਖਵਿੰਦਰ ਕੋਟਲੀ ਰੋਂਦੇ ਨਜ਼ਰ ਆਏ, ਤੁਸੀਂ ਅਦਬ ਦੀ ਗੱਲ ਕੀਤੀ, ਜੇ 2 ਸੈਕਿੰਡ ਲਾਓ ਮੈਂ ਰੋਣ ਲੱਗ ਜਾਣਾ, ਕਿਉਂਕਿ ਇਹ ਇਹ ਹਕੀਕਤ 'ਚ ਹੰਝੂ ਨਹੀਂ ਹਨ, ਇਹ ਰਾਜਨੀਤਿਕ ਹੰਝੂ ਨੇ, ਇਹ
ਅੰਦਰੋਂ ਨਹੀਂ ਹਨ, ਇਹ ਦੇਖ ਰਹੇ ਨੇ ਵੀ ਮੈਂ ਕਿਵੇਂ ਸਿੰਪਥੀ ਲੈ ਸਕਦਾ। ਇਹਨਾਂ ਨੂੰ ਸਿੰਪਥੀ ਮਿਲਣੀ ਕੋਈ ਨਹੀਂ, ਇਹਨਾਂ ਨੇ ਜੋ ਪੰਜਾਬ ਨਾਲ ਧਰੋਹ ਕਮਾਇਆ। ਮੈਨੂੰ ਇੱਕ ਚੀਜ਼ ਦੱਸੋ, ਜਦੋਂ ਵੀ ਕੋਈ ਇਲੈਕਸ਼ਨ ਹੁੰਦੀ ਆ, ਇਹ ਐਸ ਬਾਈ ਐਲ ਦਾ ਮੁੱਦਾ ਹਮੇਸ਼ਾ ਚੱਕਦੇ ਨੇ ਕਿ ਐਸ ਬਾਈ ਐਲ ਅਸੀਂ ਐਂ ਨਹੀਂ ਕਰਦੇ, ਐਸ ਬਾਈ ਐਲ ਅਸੀਂ ਐਂ ਨਹੀਂ ਕਰਦੇ, ਅਸੀਂ ਐਂ ਫਲਾਣਾ ਧਮਕਾਣਾ। ਕਦੇ ਪਾਣੀ ਪੰਜਾਬ ਦਾ ਜਿਹੜਾ ਪਾਣੀ ਆ, ਹਿੱਸੇ ਦਾ ਪਾਣੀ ਆ, ਉਹਨੂੰ ਕਦੇ ਗੱਲ ਕਰੀਏ ਨਾ ਵੀ ਅਸੀਂ ਇੱਥੇ ਵਰਤ ਰਹੇ ਇੱਥੇ ਵਰਤ ਰਹੇ। ਉਹ ਕਿਹਨੇ ਗੱਲ ਕੀਤੀ? ਸਰਦਾਰ ਭਗਵੰਤ ਸਿੰਘ ਮਾਨ ਨੇ। ਤੁਸੀਂ ਦੇਖੋ ਪੰਜਾਬ ਦੇ ਵਿੱਚ ਕਿੰਨੇ ਨਦੀਆਂ ਨਾਲੇ ਖਾਲੇ ਜਿਹੜੇ ਹੈਗੇ ਆ ਪੱਕੇ ਕਰਤੇ, ਔਰ ਪਾਣੀ ਆ ਐਂਡ ਤੱਕ, ਬਿਲਕੁਲ ਐਂਡ ਤੱਕ ਜਾਣ ਲੱਗ ਗਿਆ, ਔਰ ਹਰ ਇੱਕ ਥਾਂ ਵੀਡੀਓ ਆ ਰਹੀਆਂ ਨੇ ਔਰ ਲੋਕ ਧੰਨਵਾਦ ਕਰ ਰਹੇ ਨੇ। ਕਾਂਗਰਸ ਕਿੱਦਾਂ ਦੇਖ ਰਹੇ ਹੋ, ਕਿਸ ਮੁਕਾਮ ਤੇ ਪਹੁੰਚੇਗੀ? ਮਾਨ ਸਾਹਿਬ ਨੇ ਕਿਹਾ 13-0, ਕਾਂਗਰਸ 0, ਆਮ ਆਦਮੀ ਪਾਰਟੀ 13। 27 ਤੱਕ ਬਸ ਸਕੂਟਰ ਮੋਟਰਸਾਈਕਲ, ਵੱਧ ਤੋਂ ਵੱਧ ਕਾਰ, ਓਨਲੀ 5। ਠੀਕ ਹੈ ਜੀ, ਸਾਡੇ ਨਾਲ ਚੇਤਨ ਸਿੰਘ ਜੋੜਾ ਮਾਜਰਾ, ਜੋ ਕਿ ਇਸ ਵਕਤ ਜਿਹੜੇ ਨੇ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿ ਨਿਕਲ ਚੁੱਕੇ ਹੋਏ ਨੇ, ਔਰ ਵਿਧਾਨ ਸਭਾ ਦਾ ਜਿਹੜਾ ਸੈਸ਼ਨ ਆ ਉਹ ਅੱਜ ਦਾ ਜਿਹੜਾ ਹੈ ਖਤਮ ਹੋ ਚੁੱਕਾ ਹੈ, ਅਤੇ ਅੱਗੇ ਜਿਹੜਾ ਹੈ ਸਿੱਧੇ ਤੌਰ ਦੇ ਉੱਤੇ ਕਹਿੰਦੇ ਹੋਏ ਨਜ਼ਰ ਆ ਰਹੇ ਨੇ ਕਿ ਕਿਸ ਤਰੀਕੇ ਦੇ ਨਾਲ ਜਿਹੜਾ ਕਾਂਗਰਸ ਦਾ ਜੋ ਵਤੀਰਾ ਰਿਹਾ ਉਸ ਬਾਬਤ ਬੋਲਦੇ ਹੋਏ ਨਜ਼ਰ ਆਏ। ਜਿਹੜੀ ਤਲਖੀ ਜਿਹੜੀ ਹੈ ਦੇਖਣ ਨੂੰ ਮਿਲੀ ਮੁੱਖ ਮੰਤਰੀ ਭਗਵੰਤ ਮਾਨ ਅਤੇ CLP ਲੀਡਰ ਪ੍ਰਤਾਪ ਸਿੰਘ ਬਾਜਵਾ ਦੇ ਵਿਚਾਲੇ, ਉਸ ਬਾਬਤ ਵੀ ਬੋਲਦੇ ਹੋਏ ਨਜ਼ਰ ਆਏ। ਕਹਿ ਰਹੇ ਨੇ ਕਿ ਮਰਿਆਦਾ ਜਿਹੜੀ ਹੈ ਉਹ ਬਣਾ ਕੇ ਰੱਖਣੀ ਬੇਹੱਦ ਜ਼ਰੂਰੀ ਹੈ। ਕੈਮਰਾ ਪਰਸਨ ਹਰਪਾਲ ਦੇ ਨਾਲ ਸਾਇੰਦਰ ਰੋੜਾ, ਲਿਵਿੰਗ ਇੰਡੀਆ ਨਿਊਜ਼, ਵਿਧਾਨ ਸਭਾ, ਚੰਡੀਗੜ੍ਹ।